ਅਸਲਾਮ ਵਾਲੇਕੁਮ, ਮੇਰਾ ਨਾਮ ਕਮਰਮਾਨ ਹੈ ਅਤੇ ਮੈਂ ਇਸ ਵਕਤ ਬੈਠਾ ਵਰਤਰੀ ਕਾਰਪੋਰੇਸ਼ਨ ਸੈਂਟਰ ਲੁੱਟਣ 'ਤੇ। ਮੈਂ ਕਿਸਾਨ ਭਰਾਵਾਂ ਦੇ ਵਾਸਤੇ ਪੈਗਾਮ ਲੈ ਕੇ ਆਇਆ। ਜਿਹੜੇ ਮੱਕੀ ਮੌਸਮੀ ਕਾਸ਼ ਕਰਨ ਲੱਗੇ ਨੇ ਅਤੇ ਉਹ ਆਖਦੇ ਨੇ ਵੀ ਅਸੀਂ ਬੁਨਿਆਦੀ ਖੁਰਾਕ ਜਿਹੜੀ ਦੇਣੀ ਹੈ ਪਈ, ਉਹ ਜਿਸ ਟਾਈਮ ਸਾਡੇ ਜਿਹੜਾ ਮੱਕੀ ਦਾ ਪੌਦਾ ਜਿਹੜਾ ਹੈ ਪਿਆ 2 ਇੰਚ 3 ਇੰਚ ਤੱਕ ਹੋ ਜਾਣਾ ਹੈ, ਅਤੇ ਅਸੀਂ ਉਸ ਟਾਈਮ DAP ਜਾਂ ਕੋਈ ਵੀ ਦੂਸਰੀ ਖੁਰਾਕ ਦੇਵਾਂਗੇ ਜਿਹੜੇ ਸਾਡੇ ਪੌਦੇ ਨੂੰ ਮਿਲੇਗੀ, ਅਤੇ ਅਸੀਂ ਜਿਹੜਾ ਹੈ ਨਾ ਉਸ ਵਿੱਚ ਬਿਹਤਰ ਪੈਦਾਵਾਰ ਲੈ ਸਕਾਂਗੇ, ਆਪਣੀ ਬਿਹਤਰ ਪੈਦਾ ਗਰੋਥ ਕਰ ਸਕਾਂਗੇ ਪੌਦੇ ਦੇ। ਕਿਸਾਨ ਭਰਾ, ਕੋਈ ਤੁਸੀਂ ਫਸਲ ਕਾਸ਼ਤ ਕਰਦੇ ਹੋ ਅਤੇ ਜਿਸ ਟਾਈਮ ਉਸਦੀ ਜਰਮੀਨੇਸ਼ਨ ਹੁੰਦੀ ਹੈ ਪਈ, ਉਸ ਦੇ ਨਾਲ ਹੀ ਉਸਨੂੰ ਖੁਰਾਕ ਚਾਹੀਦੀ ਹੁੰਦੀ ਹੈ ਪਈ। ਅਗਰ ਤੁਸੀਂ ਉਸਨੂੰ ਸ਼ੁਰੂ ਤੋਂ ਹੀ ਉਸਦੀ ਖੁਰਾਕ ਉਸਨੂੰ ਨਹੀਂ ਦਿੰਦੇ ਹੋ, ਤਾਂ ਫਿਰ ਕੀ ਹੁੰਦਾ ਹੈ ਕਿ ਪੌਦਾ ਸ਼ੁਰੂ ਤੋਂ ਹੀ ਕਮਜ਼ੋਰ ਰਹਿ ਜਾਂਦਾ ਹੈ, ਜਿਸ ਕਰਕੇ ਜਿਹੜੀ ਪੌਦੇ ਦੀ ਬੜੋਹੋਤਰੀ ਹੁੰਦੀ ਹੈ ਪਈ, ਉਹ ਇੱਕ ਤਾਂ ਅੱਛੀ ਨਹੀਂ ਹੁੰਦੀ ਹੈ ਪਈ। ਦੂਸਰੇ ਨੰਬਰ 'ਤੇ ਕਮਜ਼ੋਰ ਹੋਣ ਦੀ ਵਜ੍ਹਾ ਦੇ ਨਾਲ ਮੁਖਤਲਿਫ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ, ਜਿਸ ਵਿੱਚ ਸ਼ੂਟ ਫਲਾਈ ਵੀ ਹੁੰਦੀ ਹੈ ਪਈ, ਦੂਸਰੇ ਨੰਬਰ 'ਤੇ ਜਿਹੜਾ ਹੈ ਸੁੰਡੀਆਂ ਹੁੰਦੀਆਂ ਨੇ, ਉਹਨਾਂ ਦਾ ਅਟੈਕ ਵੀ ਆ ਜਾਂਦਾ ਹੈ ਪਿਆ, ਜਿਸ ਕਰਕੇ ਉਹਨਾਂ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਆਪਾਂ ਬੁਨਿਆਦੀ ਖੁਰਾਕ ਜਿਹੜੀ ਹੈ ਸ਼ੁਰੂ ਤੋਂ ਹੀ ਜਿਹੜੀ ਦੇਣੀ ਹੁੰਦੀ ਹੈ ਬਈ, ਉਸ ਦੇਣਾ ਜ਼ਰੂਰੀ ਹੁੰਦਾ ਹੈ ਪਿਆ। ਜਿਸ ਟਾਈਮ ਤੁਸੀਂ ਜ਼ਮੀਨ ਦੀ ਤਿਆਰੀ ਕਰਨ ਲੱਗੇ ਹੋ, ਯਾਨੀ ਜਿਸ ਟਾਈਮ ਤੁਸੀਂ ਹੱਲ ਚਲਾਉਂਦੇ ਹੋ, ਉਸ ਟਾਈਮ ਹੀ ਕੀ ਹੈ ਕਿ ਪਹਿਲੇ ਤੁਸੀਂ ਡਿਸਕ ਚਲਾਉਂਦੇ ਹੋ ਕਿ ਜ਼ਮੀਨ ਦੇ ਜਿਹੜਾ ਹੈ ਨਾ ਸਖਤ ਜਿਹੜੀ ਹੈ ਤੈ ਉਸਨੂੰ ਤੁਸੀਂ ਖਤਮ ਕਰਦੇ ਹੋ, ਉਸ ਤੋਂ ਬਾਅਦ ਦੇ ਵਿੱਚ ਹੱਲ ਚਲਾਉਂਦੇ ਹੋ ਕਿ ਜ਼ਮੀਨ ਜਿਹੜੀ ਹੈ ਬਈ ਭੁਰਭਰੀ ਹੋਵੇ, ਜਾਂ ਰੋਟੀਵੇਟਰ ਫੇਰਦੇ ਹੋ ਜ਼ਮੀਨ ਭੁਰਭਰੀ ਕਰਨ ਦੇ ਵਾਸਤੇ, ਅਤੇ ਉਸ ਟਾਈਮ ਕੀ ਕਰਨਾ ਚਾਹੀਦਾ ਹੈ ਪਿਆ ਕਿ ਉਸ ਟਾਈਮ ਹੀ ਨਾਲ ਦੇ ਨਾਲ ਹੀ ਤੁਸੀਂ DAP ਜਿਹੜੀ ਬੁਨਿਆਦੀ ਖੁਰਾਕ ਹੈ, ਜਿਸ ਦੇ ਜ਼ਰੀਏ ਜੜ੍ਹਾਂ ਜਿਹੜੀਆਂ ਹਨ ਅੱਗਾਂ ਫੈਲਦੀਆਂ ਹਨ ਅਤੇ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ, ਪੌਦੇ ਨੂੰ ਡਿੱਗਣ ਤੋਂ ਬਚਾਉਂਦੀਆਂ ਨੇ। ਇਸ ਕਰਕੇ ਜਿਹੜੀ ਬੁਨਿਆਦੀ ਖੁਰਾਕ DAP ਹੈ, ਉਹ ਤੁਸੀਂ ਜ਼ਮੀਨ ਦੀ ਤਿਆਰੀ ਦੇ ਦੌਰਾਨ ਹੀ ਤੁਸੀਂ ਉਸਨੂੰ ਛੱਟਾ ਕਰਦੇ ਹੋ। ਉਸ ਦੇ ਨਾਲ ਅਗਰ ਤੁਸੀਂ ਪੋਟਾਸ਼ ਦਾਣੇਦਾਰ, ਯਾਨੀ ਉਸ ਦਾ ਛੱਟਾ ਕਰਨਾ ਚਾਹੁੰਦੇ ਨੇ, ਪੋਟਾਸ਼ ਪਲੱਸ ਸਲਫਰ ਜਾਂ ਅਮੋਨੀਅਮ ਸਲਫੇਟ, ਇਸ ਦਾ ਵੀ ਤੁਸੀਂ ਛੱਟਾ ਕਰਕੇ ਅਤੇ ਆਪਣੀ ਜਿਹੜੀ ਬੁਨਿਆਦੀ ਖੁਰਾਕ ਹੈ DAP ਦੇ ਨਾਲ ਇਸ ਦਾ ਛੱਟਾ ਕਰਕੇ ਤੁਸੀਂ ਇਹ ਬੁਨਿਆਦੀ ਖੁਰਾਕ ਪੌਦੇ ਨੂੰ ਦਿਓ, ਤਾਂ ਕਿ ਪੌਦਾ ਜਿਹੜਾ ਹੈ ਸ਼ੁਰੂ ਤੋਂ ਹੀ ਜਿਵੇਂ ਹੀ ਉਸਦੀਆਂ ਜੜ੍ਹਾਂ ਨਿਕਲਦੀਆਂ ਨੇ, ਪੌਦਾ ਜਰਮੀਨੇਸ਼ਨ ਕਰਦਾ ਹੈ ਪਿਆ, ਜੜ੍ਹਾਂ ਨਿਕਲਦੀਆਂ ਨੇ, ਅਤੇ ਪੌਦੇ ਨੂੰ ਸ਼ੁਰੂ ਤੋਂ ਹੀ ਖੁਰਾਕ ਮਿਲਣੀ ਸ਼ੁਰੂ ਹੋ ਜਾਵੇ। ਅਗਰ ਉਸ ਵਿੱਚ ਤੁਸੀਂ ਲਾਪਰਵਾਹੀ ਕਰਦੇ ਹੋ, ਯਾਨੀ ਕਿ ਬੁਨਿਆਦੀ ਖੁਰਾਕ ਜਿਹੜੀ ਹੈ ਉਹ ਤੁਸੀਂ ਪੌਦੇ ਨੂੰ ਨਹੀਂ ਦਿੰਦੇ ਹੋ, ਯਾਨੀ ਜਿਹੜੀ ਜੜ੍ਹਾਂ ਹਨ ਪਈਆਂ ਉਸ ਨੂੰ ਖੁਰਾਕ ਨਹੀਂ ਮਿਲਦੀ ਹੈ, ਅਤੇ ਜੜ੍ਹਾਂ ਕਮਜ਼ੋਰ ਰਹਿ ਜਾਂਦੀਆਂ ਨੇ, ਜੜ੍ਹਾਂ ਦੀ ਜਿਹੜੀ ਬੜੋਹੋਤਰੀ ਹੁੰਦੀ ਹੈ, ਯਾਨੀ ਅੱਗੇ ਜਿਹੜਾ ਝਾੜ ਬਣਦਾ ਫੈਲਾਓ ਹੁੰਦਾ ਹੈ ਪਿਆ, ਉਹ ਨਹੀਂ ਹੋ ਸਕਦਾ, ਜਿਸ ਕਰਕੇ ਪੌਦਾ ਸ਼ੁਰੂ ਤੋਂ ਹੀ ਕਮਜ਼ੋਰ ਰਹਿ ਜਾਂਦਾ ਹੈ। ਅਤੇ ਐਂਡ ਤੱਕ, ਯਾਨੀ ਜਿਸ ਟਾਈਮ ਆਪਾਂ ਫਸਲ ਦੀ ਕਟਾਈ ਕਰਦੇ ਹਾਂ, ਮੱਕੀ ਦੀ ਕਟਾਈ ਕਰਦੇ ਹਾਂ, ਉਸ ਟਾਈਮ ਤੱਕ ਉਸ ਦਾ ਅਸਰ ਰਹਿੰਦਾ ਹੈ ਪਿਆ ਕਮਜ਼ੋਰੀ ਦੀ ਵਜ੍ਹਾ ਨਾਲ। ਇਸ ਵਜ੍ਹਾ ਨਾਲ ਕਿਸਾਨ ਭਰਾ ਆਪਣੀ ਪੇਸ਼ਗੀ ਖੁਰਾਕ ਫਸਲ ਨੂੰ ਦੇਣ ਅਤੇ ਬਿਹਤਰ ਪੈਦਾਵਾਰ ਲੈਣ, DAP SOP ਜਾਂ ਅਮੋਨੀਅਮ ਸਲਫੇਟ, ਇਸ ਦਾ ਮਿਕਸਚਰ ਜਿਹੜਾ ਹੈ ਬਣਾ ਕੇ ਇਹ ਤੁਸੀਂ ਜ਼ਮੀਨ ਦੀ ਤਿਆਰੀ ਦੇ ਦੌਰਾਨ ਹੀ ਇਸਦਾ ਜਿਹੜਾ ਹੈ ਛੱਟਾ ਕਰ ਦਿਓ, ਤਾਂ ਕਿ ਜਿਤਨੇ ਦਿਨ ਉਸਨੂੰ ਲੱਗਦੇ ਨੇ, ਪ੍ਰੋਸੀਜਰ ਹੁੰਦਾ ਹੈ ਪਿਆ ਕਿ ਪੌਦੇ ਦੇ ਵਿੱਚ ਉਸਨੂੰ ਮਿਲਣ ਦੇ ਵਾਸਤੇ ਉਸਨੂੰ ਫੌਰੀ ਚਾਹੀਦਾ ਹੁੰਦਾ ਪਿਆ, ਅਤੇ ਅਗਰ ਤੁਸੀਂ ਉਸ ਵਿੱਚ ਲੇਟ ਖੁਰਾਕ ਦਿੰਦੇ ਹੋ, ਯਾਨੀ ਜਿਸ ਟਾਈਮ ਪੌਦਾ ਜਰਮੀਨੇਸ਼ਨ ਕਰ ਚੁੱਕਾ ਹੁੰਦਾ ਪਿਆ, ਉਸ ਟਾਈਮ ਕੀ ਹੁੰਦਾ ਪਿਆ ਕਿ ਅਗਰ ਤੁਸੀਂ ਛੱਟਾ ਕਰਦੇ ਹੋ ਨਾ, ਤਾਂ ਤਕਰੀਬਨ 7 ਦਿਨ ਜ਼ਮੀਨ ਦੇ ਵਿੱਚ ਜਜ਼ਬ ਹੁੰਦਿਆਂ ਲੱਗ ਜਾਂਦੇ ਨੇ। ਇਸ ਕਰਕੇ ਬੁਨਿਆਦੀ ਖੁਰਾਕ ਪਹਿਲੇ ਦਿਓ, ਤਾਂ ਕਿ ਜ਼ਮੀਨ ਦੇ ਵਿੱਚ ਉਹ ਜਜ਼ਬ ਹੋਵੇ, ਅਤੇ ਜਿਵੇਂ ਹੀ ਜੜ੍ਹਾਂ ਨਿਕਲਣ, ਯਾਨੀ ਜਰਮੀਨੇਸ਼ਨ ਹੋਵੇ ਪੌਦੇ ਦੀ, ਤਾਂ ਪੌਦੇ ਨੂੰ ਫੌਰਨ ਮਿਲਣਾ ਸ਼ੁਰੂ ਹੋ ਜਾਣ। ਕਿਸਾਨ ਭਰਾ ਇਸ ਚੀਜ਼ 'ਤੇ ਅਮਲ ਕਰਨ, ਆਪਣੀ ਫਸਲ ਦੀ ਜਿਹੜੀ ਮੱਕੀ ਹੈ ਪਈ ਉਸਨੂੰ ਬਿਹਤਰ ਝਾੜ ਬਣਾਉਣ ਦੇ ਲਈ, ਉਸ ਬਿਹਤਰ ਗਰੋਥ ਦੇ ਲਈ ਪੇਸ਼ਗੀ ਖੁਰਾਕ ਦੇਣ। ਸ਼ੁਕਰੀਆ ਕਿਸਾਨ ਭਰਾਵਾਂ ਦਾ।